ਹੱਥਾਂ ਇਹਦੇ ਹੱਥ ਜਾ ਫੜਾ ਕਿਰਪਾਨ ਫੜਾ ਜੀ ਵੀਡੀਓ ਬਣਾਓ ਸੋਨੀ ਫੋਨ ਦੇ ਮੇਰਾ ਤੇਰੇ ਕੋਲ ਇਹਨੇ ਮਾਰੀ ਆਹ ਬੰਦੇ ਨੇ ਇਹਨੇ ਕਰਿਆ ਨਾ ਆ ਲਿਆ ਕਿਰਪਾਨ ਤਾਂ ਚੱਕੀ ਫਿਰਦੇ ਨੇ ਇਹ ਬਹੁਤ ਦਿਨੇ ਵੀ ਕਰਦੇ ਨੇ ਇਹ ਕੰਮ ਚਿੱਟਾ ਪੀਣ ਵਾਲੇ ਨੇ ਹਾਂ ਇਹਦਾ ਬਾਈ ਕਿਸੇ ਨੂੰ ਵੀ ਘੇਰ ਸਕਦੇ ਨੇ ਅੰਨੇ ਹੋਏ ਫਿਰਦੇ ਨੇ ਉਹਦੀ ਵੀਡੀਓ ਬਣਾ ਲਈ ਉਹ ਦੇਖ ਲਾ ਅੱਖਾਂ ਦੇਖ ਲਓ ਉਹਦੀਆਂ ਅਸੀਂ ਦੋ ਜਣੇ ਰੋਡ ਤੇ ਆ ਕੇ ਤਾਂ ਸੜ ਤਾ ਇਹ ਉਹ ਕਰ ਲੈਣੀ ਇਹਦਾ ਮਾਰਦੇ ਹੋਰ ਮਾਰਦੇ ਲੱਕੜ ਕੱਟੀ ਜਾਂਦੀ ਆ ਨਹੀਂ ਉਹ ਦਾ ਨਾਲ ਆਹ ਲੱਕੜਾਂ ਵੱਢਣ ਵਾਲਾ ਦਾਗ ਆ ਆਹਾ ਅੱਗੇ ਲੱਕੜਾਂ ਵੱਢਣੀਆਂ ਨੇ ਮੋਬਾਈਲ ਦੇ ਚੱਕਰ ਤਾਂ ਹੁਣ ਆਉਣਗੀ ਆਉਰੀ ਬੋਲਟੀ ਚੱਕਿਆ ਕਿਵੇਂ ਮਾਰੂ ਆ ਲੱਖਣਾ ਵੱਢਣ ਵਾਲਾ ਦਾਗ ਹੈ ਭਾਈ ਫੋਨ ਮੇਰਾ ਨਸ਼ੇੜੀ ਲੁਟੇਰੇ ਹਰ ਰੋਜ਼ ਰਾਹਗੀਰਾਂ ਦੀ ਲੁੱਟ ਕਰਦੇ ਸਨ ਤੇ ਕਿਸੇ ਨਾ ਕਿਸੇ ਨੂੰ ਨਿਸ਼ਾਨਾ ਬਣਾਉਂਦੇ ਸਨ ਪਰ ਹੁਣ ਆਮ ਲੋਕਾਂ ਨੇ ਹੀ ਨਸ਼ੇੜੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਤੇ ਉਹਨਾਂ ਦਾ ਚੰਗੀ ਤਰ੍ਹਾਂ ਕੁਟਾਪਾ ਚਾੜਿਆ ਜਿਸ ਤੋਂ ਬਾਅਦ ਪੁਲਿਸ ਦੇ ਹਵਾਲੇ ਕੀਤਾ ਗਿਆ ਤੇ ਇਹ ਵੀਡੀਓ ਸਾਹਮਣੇ ਆਈ ਹੈ ਸੰਗਰੂਰ ਤੋਂ ਜਿੱਥੇ ਸੰਗਰੂਰ ਦੇ ਉੱਬਾਵਾਲ ਰੋਡ ਦੇ ਉੱਪਰ ਬੀਤੇ ਕੱਲ ਬੁਲਟ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਤੇਜ਼ ਧਾਰ ਤਲਵਾਰ ਤੇ ਦਾ ਨਾਲ ਪਲੈਟੀਨਾ ਮੋਟਰਸਾਈਕਲ ਸਵਾਰ ਨੌਜਵਾਨ ਤੇ ਹਮਲਾ ਕਰ ਦਿੱਤਾ ਸੀ ਅਤੇ ਮੋਬਾਈਲ ਖੋਲਿਆ ਸੀ ਪੀੜਤ ਨੌਜਵਾਨ ਦੇ ਮੱਥੇ ਦੇ ਵਿੱਚ ਤਲਵਾਰ ਮਾਰੀ ਸੀ ਤੇ ਉਸ ਨੂੰ ਲਹੂ ਲੁਹਾਣ ਕਰ ਦਿੱਤਾ ਸੀ ਤੇ ਹੁਣ ਲੋਕਾਂ ਨੇ ਲੁਟੇਰੇ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕੀਤਾ ਹੈ ਰਾਤਾਂ ਨੂੰ ਲੁੱਟਾ ਖੋਹਾਂ ਤਾਂ ਬਹੁਤ ਹੁੰਦੀਆਂ ਸੀ ਪਰ ਸੰਗਰੂਰ ਦੇ ਵਿੱਚ ਦਿਨ ਦਿਹਾੜੇ ਹੀ ਲੁਟੇਰੇ ਸੜਕਾਂ ਦੇ ਉੱਪਰ ਆਪਣਾ ਸ਼ਿਕਾਰ ਲੱਭਦੇ ਫਿਰਦੇ ਨੇ 25 ਅਗਸਤ ਦੁਪਹਿਰ 12 ਵਜੇ ਦੇ ਕਰੀਬ ਸੰਗਰੂਰ ਸ਼ਹਿਰ ਤੋਂ ਅੱਧਾ ਕਿਲੋਮੀਟਰ ਬਾਹਰ ਉੱਬਾਵਾਲ ਰੋਡ ਤੇ ਬੁਲਟ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇੱਕ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਜਦੋਂ ਉਹ ਫੈਕਟਰੀ ਵੱਲ ਨੂੰ ਜਾ ਰਿਹਾ ਸੀ ਅਤੇ ਉਸਦੀ ਜੇਬ ਦੇ ਵਿੱਚੋਂ ਮੋਬਾਈਲ ਖੋਲਿਆ ਤੇ ਜਦੋਂ ਪੀੜਤ ਨੌਜਵਾਨ ਨੇ ਇਸ ਦਾ ਵਿਰੋਧ ਕੀਤਾ ਲੁਟੇਰਿਆਂ ਨੇ ਉਸ ਤੇ ਤਲਵਾਰ ਦੇ ਨਾਲ ਹਮਲਾ ਕਰ ਦਿੱਤਾ
ਪਰ ਜਦੋਂ ਇਹ ਲੁਟੇਰੇ ਭੱਜਣ ਲੱਗੇ ਤਾਂ ਮੌਕੇ ਤੇ ਇਕੱਠੀ ਹੋਈ ਭੀੜ ਨੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਤੇ ਉਹਨਾਂ ਦਾ ਚੰਗਾ ਕੁਟਾਪਾ ਚੜਿਆ, ਜਿਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਦੇ ਮੁਤਾਬਕ 2 ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਹਾਲੇ 1 ਫਰਾਰ ਦੱਸਿਆ ਜਾ ਰਿਹਾ। ਇਹ ਰੁੱਬਾ ਰੋਡ ਤੇ ਜੀ ਗਊਸ਼ਾਲਾ ਦੇ ਮੇਨ ਰੋਡ ਤੇ ਹੋਈ ਹੈ। ਕੱਲ 2 ਵਜੇ ਦੀ ਇਹ ਘਟਨਾ ਹੈ। ਜਸਪ੍ਰੀਤ ਨਾਂ ਦਾ ਲੜਕਾ ਸੀ ਜੋ RMC ਉਬਲ ਮਿਕਸਚਰ ਤੇ ਕੰਮ ਪਲਾਂਟ ਤੇ ਕੰਮ ਕਰਦਾ ਹੈ। ਇਹ ਦਵਾਈ ਲੈ ਕੇ ਸੰਗਰੂਰ ਤੋਂ ਵਾਪਸ ਜਾ ਰਿਹਾ ਸੀ ਆਪਣੇ ਮੋਟਰਸਾਈਕਲ ਤੇ ਬਾਈਕ ਤੇ, ਤੇ ਜਦੋਂ ਇਹ ਉਬਲ ਰੋਡ ਉੱਥੇ ਗਊਸ਼ਾਲਾ ਫਾਟਕ ਕੋਲ ਪੁੱਜਿਆ ਤਾਂ ਪਿੱਛੋਂ ਦੀ ਬੁਲਟ ਵਾਲੇ ਨੇ ਇਹਨੂੰ ਕ੍ਰੋਸ ਕੀਤਾ, ਜਿਸ 'ਤੇ 3 ਨੌਜਵਾਨ ਸਵਾਰ ਸੀਗੇ, ਅਤੇ ਉੱਥੇ ਇਹਨਾਂ ਨੇ ਇਹਦੇ ਸੱਟਾਂ ਮਾਰੀਆਂ। ਉਹਨਾਂ ਕੋਲ ਕਿਰਪਾਨਾਂ ਸੀਗੀਆਂ, ਕਿਰਚ ਸੀ ਅਤੇ ਦਾਹ ਵਗੈਰਾ ਸੀਗਾ, ਅਤੇ ਉੱਥੇ ਪਬਲਿਕ ਨੇ ਵੀ ਉਹਨਾਂ ਨੂੰ ਫਿਰ ਘੇਰ ਲਿਆ, ਅਤੇ ਇਸ ਕਰਕੇ ਕੁਛ ਉਹਨਾਂ ਦੇ ਵੀ ਮਾੜੇ ਮੋਟੇ ਲੱਗੇ ਨੇ ਪਛੜਾਉਣ ਵਾਲੇ ਜੀ। ਸਰ ਮਕਸਦ ਕੀ ਲੱਗਿਆ, ਜਿਵੇਂ ਦੱਸਿਆ ਗਿਆ ਕਿ ਮੋਬਾਈਲ ਖੋਹਿਆ ਪਹਿਲਾਂ, ਹੁਣ ਸਰ ਜੇਬ 'ਚ ਪਾਇਆ? ਮਕਸਦ ਤਾਂ ਸਰ ਇਹੀ ਹੈ, ਜਿਵੇਂ ਨਸ਼ੇੜੀਆਂ ਦੇ ਕੰਮ ਸੇਮ ਹੀ ਹੁੰਦੇ ਨੇ ਜੀ, ਉਹਨੂੰ ਨਾ ਤਾਂ ਕੋਈ ਪਹਿਚਾਣ ਹੁੰਦੀ, ਉਹ ਤਾਂ ਸਭ ਇਕੱਲਾ ਬੰਦਾ ਦੇਖਦੇ ਨੇ ਇਕੱਲਾ ਜਾ ਰਿਹਾ, ਅਤੇ ਨਸ਼ੇੜੀ ਸੀਗੇ। ਜਦੋਂ ਕਾਬੂ ਹੋਏ ਨੇ ਤਾਂ ਉਸ ਹਾਲਾਤ ਲੱਗਦੇ ਸੀ ਨਸ਼ੇ ਵਾਲੇ ਉਹਨਾਂ ਦੇ? ਨਹੀਂ, ਸਾਡੇ ਕੋਲ ਇੱਥੇ ਪਬਲਿਕ ਵੈਸੇ ਆਪਣੇ ਤੌਰ 'ਤੇ ਲਏ ਸੀ, ਬਾਅਦ 'ਚ ਅਸੀਂ ਵੀ ਇਹਨੂੰ ਦਾਖਲ ਕਰਾਇਆ ਸੀਗਾ ਇਹਨਾਂ ਨੂੰ, ਕਿਉਂ ਇਹਨਾਂ ਦੇ ਵੀ ਸਿਰ 'ਚ ਮਾੜਾ ਮੋਟਾ ਸੀ ਸੱਟਾਂ। ਠੀਕ ਹੈ ਜੀ। ਕਿਸ ਤਰ੍ਹਾਂ ਸਰ ਕਾਰਵਾਈ ਉਹਨਾਂ ਦੀ ਕੀਤੀ ਹੈ? ਕਾਰਵਾਈ ਤਾਂ ਸਰ ਉਹਨਾਂ ਨੂੰ ਦਾਖਲ ਸੀ, ਡਾਕਟਰ ਨੇ ਉਹਨੂੰ ਛੁੱਟੀ ਦਿੱਤੀ ਸੀਗੀ। ਉਸ ਤੋਂ ਬਾਅਦ ਜੀ ਉਹਨਾਂ 'ਤੇ ਕੀ ਐਕਸ਼ਨ ਲਿਆ ਗਿਆ, ਕਿਹੜੀ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਹੋਇਆ? ਧਾਰਾ ਸਰ ਹੁਣ ਜੇ ਨਵੀਆਂ ਬਣੀਆਂ ਨੇ BSN ਦੇ ਤਹਿਤ, ਉਹ 'ਚ 109 ਜੀ, 115(1), 126, 303, 304 ਲੁੱਟ ਖੋਹ ਵਾਲੀ ਜੀ BNS। ਹਾਂਜੀ ਹਾਂਜੀ, ਠੀਕ ਹੈ ਜੀ। ਇਹਦੇ ਵਿੱਚ ਲੁੱਟ ਖੋਹ ਦੀ ਆ ਜਾਂਦੀ ਹੈ ਜੀ, ਮਾਰ ਦੇਣ ਦੀ ਨੀਤੀ ਦੀ ਆ ਜਾਂਦੀ ਹੈ, ਠੀਕ ਹੈ ਜੀ, ਅਤੇ ਗਾਲੀ ਗਲੋਚ ਦੀ ਆ ਜਾਂਦੀ ਹੈ, ਠੀਕ ਹੈ ਜੀ, ਅਤੇ ਇਸਦੇ ਤਹਿਤ ਮੁਕੱਦਮਾ ਦਰਜ ਕਰਕੇ 2 ਦੋਸ਼ੀ ਮੋਕਸ਼ ਗੁਪਤਾ ਅਤੇ ਅਮਿਤ ਈਸ਼ਵਰ ਨੂੰ ਗ੍ਰਿਫਤਾਰ ਕਰਕੇ ਭੇਜ ਅਦਾਲਤ ਕੀਤਾ ਗਿਆ ਹੈ। ਠੀਕ ਹੈ ਜੀ। ਠੀਕ ਹੈ।